ਮੋਹਾਲੀ ਦੇ 11 ਫੇਸ ਦੇ ਵਿੱਚ ਮੀਂਹ ਦਾ ਪਾਣੀ ਭਰ ਗਿਆ, ਲੋਕਾਂ ਦੇ ਘਰਾਂ ਦੇ ਵਿੱਚ ਮੀਂਹ ਦਾ ਪਾਣੀ ਦਾਖਲ ਹੋ ਗਿਆ ਅਤੇ ਸੀਵਰੇਜ ਵੀ ਓਵਰਫਲੋ ਹੋ ਗਿਆ ਅਤੇ ਮਾੜੇ ਪ੍ਰਬੰਧਾਂ ਦੇ ਖਿਲਾਫ ਲੋਕ ਸੜਕਾਂ 'ਤੇ ਉੱਤਰ ਆਏ। ਲੋਕਾਂ ਨੇ ਧਰਨਾ ਲਗਾ ਕੇ ਸੜਕ ਨੂੰ ਜਾਮ ਕਰ ਦਿੱਤਾ ਹੈ। ਹਾਲਾਤ ਕਿਸ ਤਰ੍ਹਾਂ ਦੇ ਨੇ ਭਾਰੀ ਮੀਂਹ ਦੇ ਚੱਲਦਿਆਂ ਮੋਹਾਲੀ ਦੇ, ਕਿਉਂਕਿ ਜਦੋਂ ਪੰਜਾਬ ਦੇ ਟੌਪ ਸ਼ਹਿਰਾਂ ਦਾ ਜ਼ਿਕਰ ਹੁੰਦਾ ਤਾਂ ਫਿਰ ਮੋਹਾਲੀ ਦਾ ਵੀ ਜ਼ਰੂਰ ਨਾਮ ਸਾਹਮਣੇ ਆਉਂਦਾ ਹੈ, ਮੋਹਾਲੀ ਦੇ ਵਿਕਾਸ ਦਾ ਜਿਹੜਾ ਕਿ ਸਰਕਾਰਾਂ ਦੇ ਵੱਲੋਂ ਹਵਾਲਾ ਦਿੱਤਾ ਜਾਂਦਾ ਹੈ, ਪਰ ਆਖਿਰਕਾਰ ਉਹ ਵਿਕਾਸ, ਉਹ ਪ੍ਰਬੰਧ ਕਿਸ ਤਰ੍ਹਾਂ ਦੇ ਨੇ, ਤਸਵੀਰਾਂ ਹੀ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਮੋਹਾਲੀ ਦੇ 11 ਫੇਸ ਦੇ ਵਿੱਚ ਹਾਲਾਤ ਬਣ ਗਏ। ਲੋਕਾਂ ਦੇ ਘਰਾਂ ਤੱਕ ਪਾਣੀ ਦਾਖਲ ਹੋ ਗਿਆ ਤਾਂ ਫਿਰ ਲੋਕਾਂ ਦਾ ਗੁੱਸਾ ਫੁੱਟਣਾ ਵੀ ਸੁਭਾਵਿਕ ਸੀਗਾ, ਜਿਸ ਤਰੀਕੇ ਦੇ ਨਾਲ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਹੈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸਥਾਨਕ ਵਾਸੀਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮਾੜੇ ਪ੍ਰਬੰਧਾਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਮਸਲੇ ਦੇ ਹੱਲ ਦੀ ਮੰਗ ਕੀਤੀ ਗਈ। ਵੱਡੀ ਗਿਣਤੀ ਦੇ ਸਥਾਨਕ ਵਾਸੀ ਲੋਕ ਜਿਹੜੇ ਕਿ ਨਜ਼ਰ ਆ ਰਹੇ ਨੇ, ਕਿਉਂਕਿ ਸਿਸਟਮ ਜਿਹੜਾ ਕਿ ਪਾਣੀ ਪਾਣੀ ਹੁੰਦਾ ਹੋਇਆ ਮੋਹਾਲੀ ਦੇ ਵਿੱਚ ਨਜ਼ਰ ਆਇਆ। ਹਾਲਾਂਕਿ ਵੱਡੇ ਵੱਡੇ ਜ਼ਰੂਰ ਸਰਕਾਰਾਂ ਦੇ ਵੱਲੋਂ ਹੁਣ ਤੱਕ ਇਹ ਦਾਅਵੇ ਕੀਤੇ ਜਾਂਦੇ ਰਹੇ ਨੇ ਕਿ ਮੋਹਾਲੀ ਦੇ ਵਿੱਚ ਵੱਡੇ ਪੱਧਰ 'ਤੇ ਪ੍ਰੋਜੈਕਟ ਲਿਆਂਦੇ ਗਏ, ਵੱਡੇ ਪੱਧਰ 'ਤੇ ਵਿਕਾਸ ਹੋਇਆ, ਟੌਪ ਸ਼ਹਿਰਾਂ ਦੇ ਵਿੱਚ ਵੀ ਜ਼ਰੂਰ ਜਿਹੜਾ ਕਿ ਸ਼ੁਮਾਰ ਹੁੰਦਾ ਮੋਹਾਲੀ ਸ਼ਹਿਰ ਦਾ। ਪਰ ਇੱਕ ਮੀਂਹ ਨੇ ਜਿਹੜੀ ਕਿ ਵੱਡੇ ਵੱਡੇ ਪ੍ਰਬੰਧਾਂ ਦੀ, ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਦਰਅਸਲ ਮੋਹਾਲੀ ਦੇ 11 ਫੇਸ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ, ਕਿਉਂਕਿ ਇੱਥੇ ਹਾਲਾਤ ਕੀ ਬਣੇ, ਹਾਲਾਤ ਇਹ ਬਣੇ ਕਿ ਭਾਰੀ ਮੀਂਹ ਦੇ ਚੱਲਦਿਆਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਜਾਂਦਾ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਅਤੇ ਉਸ ਤੋਂ ਬਾਅਦ 'ਚ ਲੋਕ ਸੜਕਾਂ 'ਤੇ ਉੱਤਰ ਆਉਂਦੇ ਨੇ। ਮਾੜੇ ਪ੍ਰਬੰਧਾਂ ਦੇ ਖਿਲਾਫ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ, ਨਿਕਾਸੀ ਦੇ ਪ੍ਰਬੰਧਾਂ ਦਾ ਜਿਹੜਾ ਕਿ ਮੰਗ ਕੀਤੀ ਜਾਂਦੀ ਹੈ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੈ ਸਕਦਾ, ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ। ਕਿਉਂਕਿ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਮਾਨਸੂਨ ਦਾ ਪਹਿਲਾ ਭਾਰੀ ਮੀਂਹ ਪਿਆ ਹੈ ਜਿਹੜਾ ਕਿ ਅੱਜ ਪੰਜਾਬ ਦੀਆਂ ਵੱਖ ਵੱਖ ਜਗ੍ਹਾਵਾਂ 'ਤੇ ਲਗਾਤਾਰ ਪੈ ਵੀ ਰਿਹਾ ਹੈ, ਪਰ ਇਸ ਦੇ ਵਿਚਾਲੇ ਇਸੇ ਹੀ ਮੀਂਹ ਨੇ, ਇੱਕ ਭਾਰੀ ਮੀਂਹ ਨੇ ਜਿਹੜੀ ਕਿ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਫਿਰ ਲੋਕਾਂ ਦਾ ਗੁੱਸਾ, ਲੋਕਾਂ ਦੀ ਨਾਰਾਜ਼ਗੀ ਹੋਣੀ ਸੁਭਾਵਿਕ ਸੀ ਅਤੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸੜਕਾਂ 'ਤੇ ਉੱਤਰ ਕੇ ਮਾੜੇ ਪ੍ਰਬੰਧਾਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਸਮੱਸਿਆ ਦੇ ਹੱਲ ਦੀ ਲੋਕਾਂ ਦੇ ਵੱਲੋਂ ਮੰਗ ਕੀਤੀ ਗਈ। ਜਦੋਂ ਗੱਲ ਟ੍ਰਾਈ ਸਿਟੀ ਦੀ ਹੋ ਰਹੀ ਹੈ, ਮੋਹਾਲੀ ਦੀ ਹੋ ਰਹੀ ਹੈ, ਤਾਂ ਹੁਣ ਗੱਲ ਫਿਰ ਚੰਡੀਗੜ੍ਹ ਦੀ ਵੀ ਕਰ ਲੈਂਦੇ ਹਾਂ। ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਵਿੱਚ ਵੀ ਪਾਣੀ ਭਰ ਗਿਆ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ। ਘਰਾਂ ਦਾ ਪਾਣੀ ਕੱਢਣ ਦੇ ਲਈ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਰੇਲਵੇ ਅੰਡਰ ਬ੍ਰਿਜ ਵੀ ਜੋ ਕਿ ਤਲਾਅ ਦਾ ਰੂਪ ਧਾਰਨ ਕਰ ਗਿਆ, ਮੰਜਰਾ ਦਾ ਵੀ ਪਾਣੀ ਭਰਨ ਕਰਕੇ ਬੁਰਾ ਹਾਲ ਹੈ। ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜੋ ਕਿ ਦਾਖਲ ਹੋ ਚੁੱਕਾ ਹੈ। ਚੰਡੀਗੜ੍ਹ, ਤੁਹਾਨੂੰ ਮਨੀ ਮਾਜਰਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ। ਹਾਲਾਂਕਿ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਪਰ ਇੱਕ ਭਾਰੀ ਮੀਂਹ ਨੇ ਇਸ ਸਿਟੀ ਬਿਊਟੀਫੁੱਲ 'ਤੇ ਜਿਹੜਾ ਕਿ ਪਾਣੀ ਫੇਰ ਦਿੱਤਾ। ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਹੋਈ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆਈ। ਮੌਲੀ ਜਾਗਰਾਂ ਦੇ ਵਿੱਚ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਗੱਡੀ ਜੋ ਕਿ ਬੰਦ ਹੋਊਗੀ ਅਤੇ ਫਿਰ ਧੱਕਾ ਲਗਾਉਂਦੇ ਹੋਏ ਲੋਕ ਗੱਡੀ ਨੂੰ ਨਜ਼ਰ ਆ ਰਹੇ ਨੇ। ਸੜਕਾਂ ਦੀ ਗੱਲ ਹੋਵੇ, ਗਲੀ ਮੁਹੱਲਿਆਂ ਦੀ ਗੱਲ ਹੋਵੇ, ਹਰ ਪਾਸੇ ਪਾਣੀ ਭਰਿਆ ਹੋਇਆ ਨਜ਼ਰ ਆਇਆ। ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਇਆ, ਲੋਕ ਖੁਦ ਹੀ ਬਾਲਟੀਆਂ ਦੇ ਨਾਲ ਪਾਣੀ ਕੱਢਦੇ ਹੋਏ ਨਜ਼ਰ ਆਏ। ਹਾਲਾਂਕਿ ਦਾਅਵੇ ਜ਼ਰੂਰ ਚੰਡੀਗੜ੍ਹ ਦੇ ਵੱਲੋਂ ਕੀਤੇ ਜਾਂਦੇ ਨੇ, ਇਹ ਵੀ ਜ਼ਰੂਰ ਕਿਹਾ ਜਾਂਦਾ ਹੈ ਕਿ ਬਹੁਤੇ ਸ਼ਹਿਰਾਂ ਦੇ ਮੁਕਾਬਲੇ ਜਿਹੜਾ ਕਿ ਨਿਕਾਸੀ ਸਿਸਟਮ ਬਹੁਤ ਵਧੀਆ ਚੰਡੀਗੜ੍ਹ ਦਾ, ਪਰ ਜੇ ਵਾਕਈ ਸਿਸਟਮ ਵਧੀਆ ਹੁੰਦਾ, ਵਾਕਈ ਹੀ ਨਿਕਾਸੀ ਦੇ ਚੰਗੇ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਫਿਰ ਚੰਡੀਗੜ੍ਹ ਤੋਂ ਅਜਿਹੀਆਂ ਤਸਵੀਰਾਂ
ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ। ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਦਰਸ਼ਕ ਵੇਖ ਰਹੇ ਨੇ ਉਹ ਵੀ ਜ਼ਰੂਰ ਹੈਰਾਨ ਹੋਣਗੇ, ਕਿਉਂਕਿ ਅਕਸਰ ਇਹ ਜ਼ਰੂਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਤਾਂ ਮੀਂਹ ਦਾ ਪਤਾ ਨਹੀਂ ਲੱਗਦਾ, ਥੋੜ੍ਹੀ ਦੇਰ ਦੇ ਵਿੱਚ ਜਿਹੜਾ ਕਿ ਪਾਣੀ ਦੀ ਪੂਰੀ ਨਿਕਾਸੀ ਹੋ ਜਾਂਦੀ ਹੈ। ਪਰ ਇਸ ਵਾਰ ਪਿਕਚਰ ਬਿਲਕੁਲ ਉਲਟ ਨਜ਼ਰ ਆਈ ਹੈ, ਵੱਖਰੀ ਨਜ਼ਰ ਆਈ ਹੈ। ਕਿਸ ਤਰੀਕੇ ਦੇ ਨਾਲ ਇਹਨਾਂ ਪ੍ਰਬੰਧਾਂ ਦੀ ਪੋਲ ਖੁੱਲੀ ਹੈ ਉਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ। ਹਾਲਾਂਕਿ ਇਹਨਾਂ ਤਸਵੀਰਾਂ ਨੂੰ ਜ਼ਿਆਦਾ ਸ਼ਬਦਾਂ ਦੀ ਵੀ ਸ਼ਾਇਦ ਜ਼ਰੂਰਤ ਨਹੀਂ ਹੈ। ਜਿਸ ਤਰੀਕੇ ਦੀਆਂ ਤਸਵੀਰਾਂ ਵੱਖ ਵੱਖ ਜਗ੍ਹਾਵਾਂ ਤੋਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਸੜਕਾਂ ਅਤੇ ਚੌਂਕਾਂ 'ਤੇ ਪਾਣੀ ਭਰ ਗਿਆ, ਸਰ ਗੱਲ ਸਿਰਫ ਇੱਥੋਂ ਤੱਕ ਹੀ ਸੀਮਿਤ ਨਹੀਂ ਰਹੀ। ਮੌਲੀ ਜਾਗਰਾਂ ਦੀ ਗੱਲ ਕੀਤੀ ਜਾਵੇ ਤਾਂ ਘਰਾਂ ਤੱਕ ਪਾਣੀ ਚਲਾ ਗਿਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ। ਇਹ ਸਤਰਾਂ, ਇਹ ਲਾਈਨਾਂ, ਇਹ ਖਬਰ ਹੀ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਤਾਂ ਫਿਰ ਲੋਕਾਂ ਨੂੰ ਖੁਦ ਹੀ ਮੋਰਚਾ ਸੰਭਾਲਣਾ ਪਿਆ। ਵੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਦੇ ਵੱਲੋਂ ਬਾਲਟੀ ਦੇ ਨਾਲ ਹੀ ਆਪਣੇ ਘਰ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਵੀ ਥੋੜ੍ਹਾ ਬਹੁਤ ਨਹੀਂ, ਕਾਫੀ ਪਾਣੀ ਦਾ ਪੱਧਰ ਕਿਹਾ ਜਾ ਸਕਦਾ, ਗੋਡੇ ਗੋਡੇ ਤੱਕ ਜਿਹੜਾ ਕਿ ਮੌਲੀ ਜਾਗਰਾਂ ਦੇ ਵਿੱਚ ਪਾਣੀ ਭਰ ਗਿਆ। ਤੁਹਾਨੂੰ ਹੁਣ ਇਹ ਤਸਵੀਰ ਦਰਅਸਲ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੀ ਇਹ ਤਸਵੀਰ ਵਿਖਾ ਰਿਹਾ। ਮੌਲੀ ਜਾਗਰਾਂ ਦੇ ਵਿੱਚ ਤਸਵੀਰਾਂ ਤੋਂ ਨਜ਼ਰ ਲਗਾਇਆ ਜਾ ਸਕਦਾ ਹੈ ਇੱਕ ਸ਼ਖਸ ਜਿਹੜਾ ਕਿ ਪਾਣੀ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ, ਅੱਧੇ ਗੋਡੇ ਤੱਕ ਪਾਣੀ ਭਰਿਆ ਹੋਇਆ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਪੂਰਾ ਰਿਹਾਇਸ਼ੀ ਇਲਾਕਾ ਹੈ, ਪੂਰੇ ਰਿਹਾਇਸ਼ੀ ਇਲਾਕੇ ਦੇ ਵਿੱਚ ਘਰਾਂ ਤੱਕ ਪਾਣੀ ਦਾਖਲ ਹੋ ਜਾਂਦਾ ਹੈ। ਅਤੇ ਫਿਰ ਜਦੋਂ ਘਰਾਂ ਤੱਕ ਪਾਣੀ ਚਲਾ ਜਾਵੇ ਤਾਂ ਫਿਰ ਸੁਭਾਵਿਕ ਹੈ ਅਚਾਨਕ ਜਦੋਂ ਪਾਣੀ ਆ ਜਾਵੇ ਤਾਂ ਉੱਥੇ ਕਿੰਨਾ ਜ਼ਰੂਰੀ ਸਮਾਨ ਰੱਖਿਆ ਹੋਵੇਗਾ, ਸਮਾਨ ਵੀ ਇਸ ਮੀਂਹ ਦੇ ਨਾਲ ਖਰਾਬ ਹੋਇਆ ਹੋਵੇਗਾ, ਰਸੋਈ ਦਾ ਸਮਾਨ ਹੋਵੇਗਾ ਉਹ ਵੀ ਪਾਣੀ ਦੇ ਕਾਰਨ ਭਿੱਜ ਗਿਆ ਹੋਵੇਗਾ। ਅਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਫਿਰ ਜਿਹੜਾ ਕਿ ਆਮ ਜਨਜੀਵਨ ਲੋਕਾਂ ਦਾ ਪ੍ਰਭਾਵਿਤ ਹੁੰਦਾ ਜਦੋਂ ਮੀਂਹ ਦਾ ਪਾਣੀ ਘਰ ਤੱਕ ਹੀ ਚਲਾ ਜਾਵੇ। ਹਾਲਾਂਕਿ ਲੋਕਾਂ ਦੇ ਵੱਲੋਂ ਖੁਦ ਹੀ ਮੋਰਚਾ ਸੰਭਾਲਿਆ ਗਿਆ, ਖੁਦ ਹੀ ਬਾਲਟੀਆਂ ਦੇ ਨਾਲ ਲੋਕਾਂ ਦੇ ਵੱਲੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਇੰਨਾ ਆਸਾਨ ਨਹੀਂ ਹੈ ਕਿ ਇੱਕ ਬਾਲਟੀ ਦੇ ਨਾਲ ਹੀ ਤੁਸੀਂ ਇੰਨੇ ਵੱਡੇ ਪੱਧਰ 'ਤੇ ਪਾਣੀ ਭਰਿਆ ਹੋਵੇ ਤਾਂ ਤੁਸੀਂ ਥੋੜ੍ਹੀ ਦੇਰ ਦੇ ਵਿੱਚ ਉਹ ਕੱਢ ਲਵੋਗੇ। ਪਰ ਇਹ ਸਵਾਲ ਜ਼ਰੂਰ ਚੰਡੀਗੜ੍ਹ ਪ੍ਰਸ਼ਾਸਨ 'ਤੇ ਖੜ੍ਹੇ ਹੁੰਦੇ ਨੇ ਕਿ ਅਕਸਰ ਇਹ ਜ਼ਰੂਰ ਦਾਅਵੇ ਕੀਤੇ ਜਾਂਦੇ ਨੇ, ਸਿਟੀ ਬਿਊਟੀਫੁੱਲ ਦਾ ਜ਼ਿਕਰ ਕੀਤਾ ਜਾਂਦਾ, ਪਰ ਵਾਕਈ ਜੇਕਰ ਚੰਡੀਗੜ੍ਹ ਸਿਟੀ ਬਿਊਟੀਫੁੱਲ ਹੈ ਤਾਂ ਫਿਰ ਘੱਟੋ ਘੱਟ ਇਸ ਮੀਂਹ ਦੇ ਚੱਲਦਿਆਂ ਅਜਿਹੀਆਂ ਤਸਵੀਰਾਂ ਤਾਂ ਨਹੀਂ ਸੀ ਆਉਣੀਆਂ ਚਾਹੀਦੀਆਂ, ਅਜਿਹੀਆਂ ਤਸਵੀਰਾਂ ਤਾਂ ਕੈਮਰੇ ਦੇ ਵਿੱਚ ਕੈਦ ਨਹੀਂ ਸੀ ਹੋਣੀਆਂ ਚਾਹੀਦੀਆਂ। ਜ਼ਰੂਰ ਇਹ ਗੱਲ, ਇਹ ਤਸਵੀਰਾਂ ਜਿਹੜੀਆਂ ਕਿ ਵੱਡੇ ਅਧਿਕਾਰੀਆਂ ਤੱਕ, ਚੰਡੀਗੜ੍ਹ ਪ੍ਰਸ਼ਾਸਨ ਤੱਕ ਵੀ ਪਹੁੰਚੀਆਂ ਹੋਣਗੀਆਂ। ਇਹ ਉਮੀਦ ਕਰਦੇ ਹਾਂ ਕਿ ਜਲਦੀ ਗਰਾਊਂਡ ਜ਼ੀਰੋ 'ਤੇ ਕੰਮ ਵੀ ਨਜ਼ਰ ਆਵੇਗਾ, ਪ੍ਰਬੰਧ ਵੀ ਹੋਣਗੇ, ਕਿਉਂਕਿ ਇਹ ਤਾਂ ਹੈ ਨਹੀਂ ਕਿ ਅੱਜ ਮੀਂਹ ਪੈ ਗਿਆ ਅਤੇ ਉਸ ਤੋਂ ਬਾਅਦ 'ਚ ਮੀਂਹ ਪਏਗਾ ਹੀ ਨਹੀਂ। ਤਾਂ ਜ਼ਰੂਰ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਮੀਂਹ ਪੈਂਦਾ ਤਾਂ ਘੱਟੋ ਘੱਟ ਅਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੋਣ, ਇਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ, ਇਸ ਤਰੀਕੇ ਦੇ ਨਾਲ ਲੋਕਾਂ ਦੀ ਮੁਸ਼ਕਲ ਦੇ ਵਿੱਚ ਵਾਧਾ ਨਾ ਹੋਵੇ। भाई यहाँ पे वो है नहीं क्या चंबा।